ਇਹ ਆਪਣਾ ਸਵਰਾਜ 855 ਯਾਨੀ ਕਿ ਆਪਾਂ ਆਹ ਇੰਨਾ ਕੁ ਟਰੈਕਟਰ ਆਪਾਂ ਮੋਡੀਫਾਈ ਕੀਤਾ ਹੈ ਅਤੇ ਜਿੰਨਾ ਜਿੰਨਾ ਹੁਣ ਗਾਂਹ ਗਾਂਹ ਆਪਾਂ ਨਾਲ ਕਰੀ ਜਾਵਾਂਗੇ ਉਹ ਤੁਹਾਨੂੰ ਮੈਂ ਵਿਖਾਉਂਦਾ ਜਾਊਂ ਅਤੇ ਆਪਣੇ ਜੁੜੇ ਰਹੋ ਮੇਰੇ ਚੈਨਲ ਨਾਲ ਦੀਪ ਸੋਈ ਵਲੋਗਸ ਆਪਣੇ ਚੈਨਲ ਦਾ ਨਾਂ ਹੈ ਅਤੇ ਇਹਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਜਾਂ ਕਿ ਮੇਰੇ ਆਉਣ ਵਾਲੀਆਂ ਵੀਡੀਓ ਨਵੀਆਂ ਨਵੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਰਹਿਣ ਨਾਲ ਦੇ ਨਾਲ ਪਹੁੰਚਦੀਆਂ ਰਹਿਣ ਅਤੇ ਆਹ ਆਪਾਂ ਹੈੱਡਲਾਈਟ ਦੇ ਤਾਂ ਲਾਈ ਸੀ ਇਹਨੂੰ ਆਪਾਂ ਥੋੜ੍ਹੀ ਜਿਹੀ ਦੇ ਵਿੱਚ ਨਾ ਮੋਡੀਫਿਕੇਸ਼ਨ ਕਰਨ ਲੱਗੇ ਹਾਂ ਯਾਨੀ ਕਿ ਪਹਿਲਾਂ ਇਹਦੇ ਵਿੱਚ ਓਰੀਜਨਲ ਲਾਈਟਾਂ ਸੀ ਓਰੀਜਨਲ ਖੁਲਾ ਕੇ ਮੈਂ ਮੋਡੀਫਾਈ ਕਰਨ ਭੇਜੀਆਂ ਉਹ ਜਦੋਂ ਹੀ ਆਉਂਦੀਆਂ ਤੁਹਾਡੇ ਕਿਸ ਤਰ੍ਹਾਂ ਮੋਡੀਫਾਈ ਹੋਈਆਂ ਕੀ ਕੀਤਾ ਉਹਨੂੰ ਤੁਹਾਡੇ ਨਾਲ ਜ਼ਰੂਰ ਆਪਾਂ ਵੀਡੀਓ ਦੇ ਵਿੱਚ ਵਿਖਾਉਂਦੇ ਰਹਾਂਗੇ ਸੋ ਇਹ ਖੋਲੀਆਂ ਪਈਆਂ ਅਤੇ ਬਾਰ ਲਾਈਟ ਥੱਲੇ 4 ਹੋਰ ਨਾ ਅਤੇ ਆਪਣੇ ਥੱਲੇ ਬਾਰ ਲਾਈਟ 16 ਟਾਇਰ ਯਾਰ 16 ਟਾਇਰ ਨਿਊਲੈਂਡ ਵਾਲਾ ਆਪਣਾ ਐਡੀਸ਼ਨਲ ਸੈਂਸਰ ਅਤੇ ਆਪਾਂ ਮੈਟ ਪਲੇਟਫਾਰਮ ਉੱਚਾ ਕਰਾਇਆ ਟਾਇਰ ਇਹਨੂੰ 14 ਸੀ 14 ਦੇ ਸੀ ਪਹਿਲਾਂ ਹੁਣ ਇਹਨੂੰ 16 ਦੇ ਪਾ ਦਿੱਤੇ ਗਏ ਆ ਅਤੇ ਮਿਊਜ਼ਿਕ ਸਿਸਟਮ ਲਗਾਇਆ 4 ਬੇਸਾਂ ਵਾਲਾ ਆਪਣਾ ਮੈਂ ਤੁਹਾਨੂੰ ਇਹ ਚੀਜ਼ ਹੁਣ ਤਾਂ ਵਿਖਾਉਣ ਡਿਆ ਵੀ ਮੇਰਾ ਕਿਉਂਕਿ ਚੈਨਲ ਬਣਨ ਤੋਂ ਪਹਿਲਾਂ ਇੰਨਾ ਟਰੈਕਟਰ ਮੋਡੀਫਾਈ ਹੈਗਾ ਸੀ ਫਿਰ ਮੈਨੂੰ ਸਾਰਿਆਂ ਸਪੋਰਟ ਕੀਤੀ ਵੀ ਚੱਲ ਤੇਰਾ ਮਿਲ ਜਾਣੀ ਕਿ ਆਪਣਾ ਤੇਰਾ ਚੈਨਲ ਹੋਣਾ ਚਾਹੀਦਾ ਆਪਣਾ ਯੂਟਿਊਬ ਦਾ ਅੱਜ ਕੱਲ੍ਹ ਬਹੁਤ ਬਣਾਉਂਦੇ ਮੈਂ ਚੱਲ ਆਪਾਂ ਵੀ ਇਹ ਕੰਮ ਸ਼ੁਰੂ ਕਰਦੇ ਮਿਲਦੇ ਵੀ ਕੀ ਕਹਿੰਦਾ ਕਿ ਆਪਾਂ ਨੂੰ ਪਿਆਰ ਮਿਲਦਾ ਅਤੇ ਆਹ ਆਪਾਂ ਸਿਸਟਮ ਲਵਾਇਆ 4 ਬੇਸਾਂ ਵਾਲਾ 17 ਸਪੀਕਰ 4 ਬੇਸਾਂ ਅਤੇ ਆਹ ਪਲੇਟਫਾਰਮ ਵੇਖ ਲਓ ਆਪਾਂ ਅੱਜ ਤੋਂ ਅਗਾਂਹ ਜਿੰਨਾ ਕੁਝ ਬਣਿਆ ਤੁਹਾਨੂੰ ਉਹਦੀ ਇਨਫੋਰਮੇਸ਼ਨ ਤੁਹਾਨੂੰ ਤਾਂ ਵਿਖਾ ਦਿੱਤਾ ਗਿਆ ਪਰ ਇਹ ਤਾਂ ਤੁਹਾਨੂੰ ਪ੍ਰਾਈਜ਼ ਵੀ ਦੱਸਾਂਗੇ ਕਿ ਕਿੰਨੇ ਕਿੰਨੇ ਪ੍ਰਾਈਜ਼ ਮੈਂ ਕੀ ਕੰਮ ਕਰਵਾਇਆ ਅਤੇ ਗਾਂ ਕੀ ਇਹਦੇ ਵਿੱਚ ਆਪਾਂ ਕਰਾਉਣਾ ਕੀ ਨਹੀਂ ਕਰਾਉਣਾ ਸਾਰਾ ਤੁਹਾਨੂੰ ਵਿਦ ਪ੍ਰਾਈਜ਼ ਤੁਹਾਨੂੰ ਇਹਦਾ ਦੱਸਿਆ ਜਾਊਗਾ ਵੀ ਆਹ ਮੈਂ ਚੀਜ਼ ਕਿੰਨੇ ਦੀ ਲਵਾਈ ਹੈ ਬੰਪਰ ਕਿੰਨੇ ਦਾ ਲੱਗਾ ਹਾਰਨ ਕਿੰਨੇ ਦੇ ਲੱਗੇ ਜਾਂ 12 ਕਿੰਨੇ ਦੀਆਂ ਲੱਗੀਆਂ ਟਾਇਰ ਕਿੰਨੇ ਦੇ ਪਏ ਯਾਨੀ ਕਿ ਜੋ ਕੁਛ ਮੋਡੀਫਿਕੇਸ਼ਨ ਕਰੂੰਗਾ ਉਹ ਤੁਹਾਡੇ ਵਿਦ ਪ੍ਰਾਈਜ਼ ਦੱਸੂਗਾ ਵੀ ਮੇਰਾ ਇੰਨੇ ਦਾ ਪਿਆ ਆਹ ਖਰਚਾ ਆਹ ਚੀਜ਼ ਮੇਰੀ ਬਣ ਗਈ ਠੀਕ ਹੈ ਅਤੇ ਆਪਣਾ ਨਾਲ ਦੀ ਨਾਲ ਤੁਹਾਨੂੰ ਮੈਂ ਆਪਣੀ ਗੱਡੀ ਦੀ ਇਨਫੋਰਮੇਸ਼ਨ ਦਿੰਦਾ ਰਹੂੰਗਾ ਚਲੋ ਸਵਿਫਟ ਗੱਡੀ ਆਪਣੇ ਕੋਲ ਅਤੇ ਇਹਨੂੰ ਕੀ ਪਵਾਇਆ ਕੀ ਕੀਤਾ ਕਿੰਨੇ ਦਾ ਪਾਇਆ ਜਿਸ ਤਰ੍ਹਾਂ ਟਰੈਕਟਰ ਦਾ ਤੁਹਾਨੂੰ ਦੱਸੂੰਗਾ ਨਾਲੇ ਮੈਂ ਤੁਹਾਨੂੰ ਇਹਦਾ ਗੱਡੀ ਦਾ ਵੀ ਦੱਸੀ ਜਾਊਂਗਾ ਅਤੇ ਜੁੜੇ ਰਹੋ ਮੇਰੀ ਵੀਡੀਓ ਦੇ ਨਾਲ ਅਤੇ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਨਾਲ ਪਹੁੰਚਦੀਆਂ ਰਹਿਣ